ਵਿੱਚੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ, ਮਾਂ ਬੋਲੀ ਤੋਂ ਮੁੱਖ ਮੋੜ ਕੇ ਧੀ ਪੁੱਤ ਫਿਰ ਖਰਾ ਨਹੀਂ ਰਹਿੰਦਾ। ਸਵੇਰ ਦੇ ਬਹੁਤ ਸੋਹਣੇ ਸੈਸ਼ਨ ਇੱਥੇ ਚੱਲ ਰਹੇ ਨੇ, ਜਿਹੜੇ ਬਹੁਤ ਚੰਗਾ ਸੁਨੇਹਾ ਦੇ ਰਹੇ ਨੇ, ਪਰ ਉਹ ਸਾਰੇ ਜੇ ਆਪਾਂ ਕਹੀਏ ਤਾਂ ਉਹ ਚੌਕਲੇਟ ਜਾਂ ਕੇਕ ਵਾਲੇ ਸੀ। ਹੁਣ ਆਪਾਂ ਗੁੜ ਵਾਲੇ ਸੈਸ਼ਨ ਕਰਾਂਗੇ। ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਵਧਾਈ ਸ਼ਰਮਾ ਜੀ ਨੂੰ, ਵਿੱਕੀ ਸਿੰਘ ਜੀ ਨੂੰ, ਰੇਨਕਾ ਸਲਵਾਨ ਮੈਮ ਹੋਰਾਂ ਨੂੰ, ਜਿਨ੍ਹਾਂ ਨੇ ਇਹ ਸਾਰਾ ਉਦਮ ਰਚਾਇਆ ਅਤੇ ਇੰਨੇ ਸੋਹਣੇ ਸੈਸ਼ਨ ਜਿਹੜਾ ਬੱਚਿਆਂ ਲਈ ਵੀ ਅਤੇ ਸਾਡੇ ਸਾਰਿਆਂ ਲਈ ਵੀ ਸੁਨੇਹੇ ਵਾਲੇ ਸੀਗੇ। ਸੋ ਬਹੁਤ ਧੰਨਵਾਦ। ਕਲਾਕਾਰ ਕਹਿੰਦੇ ਕੋਸ ਹਵਾ ਵਰਗਾ ਹੁੰਦਾ ਹੈ, ਜੇਕਰ ਉਹ ਗੁਲਾਬਾਂ ਦੇ ਬਾਗ 'ਚੋਂ ਲੰਘ ਜਾਵੇ ਤਾਂ ਕਹਿੰਦੇ ਉਹਦੇ ਵਿੱਚੋਂ ਗੁਲਾਬ ਦੀ ਮਹਿਕ ਆਉਣ ਲੱਗਦੀ ਹੈ, ਜੇ ਉਹ ਅੰਬਾਂ ਦੇ ਬਾਗ 'ਚੋਂ ਲੰਘ ਜਾਵੇ ਤਾਂ ਉਹ 'ਚੋਂ ਅੰਬੀਆਂ ਦੀ ਮਹਿਕ ਆਉਣ ਲੱਗਦੀ ਹੈ, ਅਤੇ ਜੇਕਰ ਕਲਾਕਾਰ ਕਹਿੰਦੇ ਕਿ ਸਰੋਂ ਦੇ ਖੇਤ 'ਚੋਂ ਲੰਘ ਜਾਵੇ ਤਾਂ ਉਹਦੇ ਵਿੱਚੋਂ ਸਰੋਂ ਦੀ ਮਹਿਕ ਆਉਣ ਲੱਗਦੀ ਹੈ। ਸੋ ਕਲਾਕਾਰ ਜਿਸ ਰੋਲ 'ਚ ਹੁੰਦਾ ਉਸ ਰੋਲ 'ਚ ਢਲ ਜਾਂਦਾ। ਜੇਕਰ ਨੈਗੇਟਿਵ ਰੋਲ ਦੇ ਵਿੱਚ ਤੁਹਾਨੂੰ ਦੇਖ ਕੇ ਉਹਨੂੰ ਗੁੱਸਾ ਆਉਂਦਾ ਤਾਂ ਉੱਥੇ ਉਹਨੇ ਰੋਲ ਵਧੀਆ ਨਿਭਾਇਆ। ਸੋ ਅੱਜ ਇੱਕ ਨਹੀਂ, ਦੋ ਨਹੀਂ, ਤਿੰਨ ਤਿੰਨ ਕਲਾਕਾਰ ਮੇਰੇ ਨਾਲ ਨੇ ਅਤੇ ਆਪਾਂ ਉਹਨਾਂ ਦਾ ਤਜਰਬਾ ਵੀ ਸਿੱਖਣਾ ਅਤੇ ਉਹਨਾਂ ਤੋਂ ਕੁਝ ਸੇਧ ਵੀ ਲੈਣੀ ਹੈ ਅਤੇ ਉਹਨਾਂ ਦੇ ਔਖੇ ਭਾਰੇ ਜੀਵਨ ਦੇ ਤਜਰਬੇ ਵੀ ਸਮਝਣੇ ਆ। ਸੋ ਮੈਂ ਜੇਕਰ ਗੱਲ ਕਰਾਂ, ਮੇਰੇ ਨਾਲ ਦਿਲਜੋਤ ਜੀ ਨੇ, ਕਮਲਪ੍ਰੀਤ ਸਿੰਘ ਜੀ ਨੇ ਅਤੇ ਅਨੀਸ਼ਾ ਮਡਹੋ, ਮਤਲਬ ਬੋਲੀਵੁੱਡ ਤੋਂ ਲੈ ਕੇ ਹੋਲੀਵੁੱਡ ਤੱਕ ਸਾਰਾ ਕੁਛ ਇੱਥੇ ਮੌਜੂਦ ਹੈ। ਮੈਂ ਗੱਲ ਦਿਲਜੋਤ ਹੋਰਾਂ ਤੋਂ ਹੀ ਸ਼ੁਰੂ ਕਰਾਂਗਾ। ਦਿਲਜੋਤ ਜੀ ਕਹਿੰਦੇ ਕਿ ਕਲਾਕਾਰ ਜਦੋਂ ਕੋਈ ਰੋਲ ਚੁਣਦਾ ਕੀ ਦਿਲਜੋਤ ਵੀ ਬਾਕੀ ਕਲਾਕਾਰਾਂ ਵਾਂਗ ਇਹ ਧਿਆਨ ਰੱਖਦੀ ਹੈ ਕਿ ਇਹਦੇ ਵਿੱਚੋਂ ਪੈਸੇ ਕਿੰਨੇ ਆਉਣੇ ਆ, ਜਾਂ ਉਹ ਇਹ ਧਿਆਨ ਰੱਖਦੀ ਹੈ ਕਿ ਮੇਰਾ ਰੋਲ ਕਿੰਨਾ ਲੰਬਾ, ਜਾਂ ਦਿਲਜੋਤ ਇਹ ਵੀ ਧਿਆਨ ਰੱਖਦੀ ਹੈ ਕਿ ਇਸ ਰੋਲ ਦਾ ਸਮਾਜਿਕ ਸੁਨੇਹਾ ਕੀ ਜਾਏਗਾ, ਸਮਾਜਿਕ ਅਸਰ ਕੀ ਜਾਏਗਾ, ਕਿਵੇਂ ਚੁਣਦੇ ਹੋ ਆਪਣਾ ਰੋਲ? ਇਟਸ ਅ ਵੈਰੀ ਗੁੱਡ ਕੁਐਸਚਨ, ਅ ਵੈਰੀ ਰੈਲੇਵੈਂਟ ਵਨ। ਬਿਫੋਰ ਆਈ ਗੈਟ ਟੂ ਦੀ ਆਨਸਰ, ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਟੂ ਦੀ ਆਰਗੇਨਾਈਜ਼ਰਸ, ਬਿੱਕੀ ਸਿੰਘ ਜੀ, ਓਜਸਵੀ ਮੈਮ, ਐਂਡ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਫੋਰ ਦਿਸ ਬ੍ਰਿਲੀਅੰਟ ਐਂਡੈਵਰ। ਇਟਸ ਅ ਮੱਚ ਨੀਡਿਡ ਇਨੀਸ਼ੀਏਟਿਵ। ਐਂਡ ਕਮਿੰਗ ਬੈਕ ਟੂ ਯੋਰ ਕੁਐਸਚਨ, ਬੀਇੰਗ ਐਨ ਐਕਟਰੈਸ ਐਂਡ ਅ ਰਿਸਪੋਂਸਿਬਲ ਐਕਟਰ, ਆਈ ਵੁੱਡ ਸੇ, ਲੈਟ ਮੀ ਟੈਲ ਅ ਲਿਟਲ ਬਿਟ ਅਬਾਊਟ ਮਾਈ ਸੈਲਫ। ਆਈ ਹੈਵ ਕਮਿੰਗ ਬੈਕ ਟੂ ਐਨੀ ਕਾਲਜ ਲਾਈਕ ST ਕਾਲਜ ਇਜ਼ ਵੈਰੀ ਨੋਸਟੈਲਜਿਕ, ਇਟ ਬ੍ਰਿੰਗਸ ਅ ਲੋਟ ਆਫ ਮੈਮਰੀਜ਼। ਬਿਕੋਜ਼ ਮੈਂ ਆਪਣੀ ਗ੍ਰੈਜੂਏਸ਼ਨ ਸਾਈਕੋਲੋਜੀ ਓਨਰਸ ਕੀਤੀ ਹੈ ਫਰੋਮ GCG ਸੈਕਟਰ 11, ਐਂਡ ਆਈ ਯੂਸ ਟੂ ਬੀ ਹੇਅਰ ਮੋਸਟ ਆਫ ਦ ਟਾਈਮਸ ਫੋਰ ਮਾਈ ਕੰਪੀਟੀਸ਼ਨਸ, ਡਿਬੇਟਸ, ਡੈਕਲਮੇਸ਼ਨਸ, ਪਲੇਜ਼, ਡਾਂਸਿਸ, ਐਵਰੀਥਿੰਗ ਟੂ ਐਵਰੀਥਿੰਗ, ਐਂਡ ਆਈ ਟੋਪਡ ਇਨ ਦ ਯੂਨੀਵਰਸਿਟੀ ਇਨ ਮਾਈ ਗ੍ਰੈਜੂਏਸ਼ਨ, ਗੋਟ ਅ ਯੂਨੀਵਰਸਿਟੀ ਗੋਲਡ ਮੈਡਲ, ਐਂਡ ਥੈਂਕ ਯੂ, ਐਂਡ ਮਾਸਟਰਸ ਇਨ ਹਿਊਮਨ ਰਾਈਟਸ ਫਰੋਮ ਪੰਜਾਬ ਯੂਨੀਵਰਸਿਟੀ, ਅਗੇਨ ਗੋਟ ਅ ਯੂਨੀਵਰਸਿਟੀ ਗੋਲਡ ਮੈਡਲ, ਸੋ ਟਵਾਈਸ ਅ ਯੂਨੀਵਰਸਿਟੀ ਗੋਲਡ ਮੈਡਲਿਸਟ, ਐਂਡ ਇਨ ਮਾਈ ਪੋਸਟ ਗ੍ਰੈਜੂਏਟ ਕੋਰਸ ਇਨ NGO ਮੈਨੇਜਮੈਂਟ, studied public policy from Harvard University and did international development from UBC Canada, and acting mera hamesha ek shauk si, passion si, and us passion ko main professionally adopt kita. And coming to your question, whenever I choose any script or any character that I have to portray, first there's an inner voice jodi bahut zaruri hai for an actor. ਜਦੋਂ ਤੁਸੀਂ ਸਕ੍ਰਿਪਟ ਸੁਣਦੇ ਹੋ ਤੁਹਾਨੂੰ ਇਹ ਲੱਗਣਾ ਚਾਹੀਦਾ ਐਜ਼ ਐਨ ਐਕਟਰ ਦੈਟ ਯੈਸ ਆਈ ਫੀਲ ਫੋਰ ਦ ਕੈਰੈਕਟਰ ਐਂਡ ਆਈ ਕੈਨ ਡੂ ਜਸਟਿਸ ਟੂ ਇਟ। ਸੋ ਡੈਫੀਨੇਟਲੀ ਉਹਦੇ ਵਿੱਚ ਸਕ੍ਰਿਪਟ ਦੇ ਵਿੱਚ ਕੰਟੈਂਟ ਦੇ ਵਿੱਚ ਕਿੰਨਾ ਪੋਟੈਂਸ਼ੀਅਲ ਹੈ, ਦੈਟ ਇਜ਼ ਆਲਵੇਜ਼ ਮਾਈ ਕੰਸਿਡਰੇਸ਼ਨ। ਆਈ ਡੋਂਟ ਵਾਂਟ ਟੂ ਡੂ ਕੈਰੈਕਟਰਸ ਜਿੱਥੇ ਆਪਾਂ ਇੱਕ ਪਾਸਿਓਂ ਆਏ ਅਤੇ ਦੂਜੇ ਪਾਸੇ ਨਿਕਲ ਗਏ। ਆਈ ਹੈਵ ਡਨ ਫਿਲਮਸ ਆਲਰੇਡੀ ਵੇਅਰ ਮਾਈ ਪਰਫੋਰਮੈਂਸਿਸ ਵਰ ਐਪਰੀਸ਼ੀਏਟਿਡ,
my characters really had a lot to do, and then two of my films are again ready for release. One is releasing on March 24th, Rang Ratha with Roshan Prince, and we shot that in Canada, in Toronto. Odhe vich vi bohat hi potential role hai. There is something that I have to offer as an actor, and yes, there is a message as well. And then a Bollywood film, Hindi film as a lead, Chris Pirishte, that's ready for release as well. So mainu hamesha hi hunda hai ki kuch aisa thode currently hove which leaves an impact on the audiences. When they see you portraying a character, they have something they can take back after they exit the cinema hall ya jehde vi platform te film dekh rahe ne. So definitely that is important, and social message, yes, for sure. But kai asi, being a commercial artist, we do for entertaining as well. So it is a commercial business, so for me, entertainment and social message through that part goes along. So that's important. And yes, mainu main ehi sochdi ha ki jehda vi dream hove, the youngster especially who is sitting there, being a good student, like I have been a very bright student academically, that's amazing. That will give you rationality, that will give you confidence, you know. But if you have dreams of pursuing any creative field, yes, go for it, go for it. You can absolutely balance everything very well. Bahut bahut dhanyawad, bahut shukriya. Main Anisha Madhokhana ka nahi hona chahunda ki jadon Bollywood di udari bharde ho, oh tuhadi film da zikr khoob hunda hai. ਸੋ ਉਸ ਹਵਾਲੇ ਨਾਲ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਸ ਸਮੇਂ ਕੋਈ ਚੁਣੌਤੀਆਂ ਵੱਖਰੀਆਂ ਹੁੰਦੀਆਂ ਉੱਥੇ, ਕੋਈ ਚੈਲੰਜਸ ਵੱਖਰੇ ਹੁੰਦੇ ਨੇ, ਜਾਂ ਜੋ ਇਸ ਤਰ੍ਹਾਂ ਇੱਥੇ ਵਾਲੀਆਂ ਫਿਲਮਾਂ ਚੱਲਦਾ ਉਸੇ ਤਰ੍ਹਾਂ ਦਾ ਹੁੰਦਾ, ਕਿਹੋ ਜਿਹਾ ਚੈਲੰਜ ਹੁੰਦਾ ਨਿਸ਼ਾ? ਸਤਿ ਸ਼੍ਰੀ ਅਕਾਲ ਐਵਰੀਵਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਸੱਚ ਐਨ ਆਨਰ ਟੂ ਬੀ ਹੇਅਰ. ਆਈ ਲਾਈਕ ਟੂ ਆਲਸੋ ਇੰਟਰੋਡਿਊਸ ਮਾਈਸੈਲਫ ਅ ਲਿਟਲ. ਆਈ ਵੈਂਟ ਟੂ ਯੂਨੀਵਰਸਿਟੀ ਆਫ ਸਾਊਦਰਨ ਕੈਲੀਫੋਰਨੀਆ, ਆਈ ਡਿਡ ਮਾਈ ਬੈਚਲਰ ਇਨ ਥੀਏਟਰ ਐਂਡ ਸਕਰੀਨ ਰਾਈਟਿੰਗ. I was also on a scholarship. It was always my dream to pursue the arts, but I've always wanted to do it in a very respectful way. As we are aware, and I'm going to be honest, in our country, the film industry, the popular film industry, does not have a very good reputation. So what I have always dreamt is to be the Generation Z artist that creates a new wave of cinema that is very deep, meaningful and respectful, where you all can watch that movie and say, yes, I'm proud of this, she's my granddaughter, she's my daughter, so you can feel like I'm related to you. That's what I want to create. I want to create this world to be a family. So when I was at USC, I was the only Indian in the whole university, in the theater and film school, and I was among Hollywood and Broadway stars' children, you know. I never thought that I would end up in Hollywood. My passion was theater, because I was very shy growing up, very sensitive, very emotional. So when I was on stage, I felt like I could be a real person, because when we are an artist, as you can relate, as a poet, as an actor and social worker, that in life, we're hiding our emotions. We're playing this role of what it's like to be a man, what it's like to be a woman, but in our hearts, the only truth, ekomkar, is love. So this is what I was following. And as you mentioned, challenges, because of this philosophy of mine, I saw challenges as an opportunity to practice Chardhi Kala even more. So when I graduated from college,
I acted in a Broadway production. I was singing, dancing, and acting in this play called Infidel by Christopher Bennett. And on the last day of the show, I was backstage. I was so nervous. I was like, what's my next job gonna be? If my visa gets over, I have to go back to India, and then what? And then guess what happened? Yeah. Excited? In the audience was the filmmaker Bill McAdams Jr., who was sitting, and he saw me, and he cast me as the lead in the upcoming Hollywood movie, Bully High, and I'm starring opposite Arnold Schwarzenegger's son. It's a debut film for both of us, so yeah, let's go, Chuck Day Funday! Absolutely. Punjabiyan di pehchan hai ki unna kol josh vi hunda te emotion vi hunde. So, basically, jehda banda khushi wali gal te khush nahi ho sakda, dukhi wali gal te dukhi nahi ho sakda, fir patthar hoega, banda nahi ho sakda. ਸੋ ਬਹੁਤ ਸ਼ੁਕਰੀਆ ਮੈਂ ਅਮਰਪ੍ਰੀਤ ਸਿੰਘ ਜੀ ਉਹਨਾਂ ਕੋਲ ਆਉਣਾ ਚਾਹੁੰਦਾ ਜਿਹੜੇ ਕਲਾਕਾਰ ਵੀ ਨੇ ਗਾਇਕ ਵੀ ਨੇ ਅਮਰਪ੍ਰੀਤ ਜੀ ਗੀਤ ਚੁਣਨਾ ਹੋਵੇ ਜਾਂ ਗੀਤ ਗਾਉਣਾ ਹੋਵੇ ਫਿਲਮ ਦੇ ਵਿੱਚ ਕੋਈ ਰੋਲ ਨਿਭਾਉਣਾ ਹੋਵੇ ਦਿਖਦਾ ਉਹ ਹੈ ਜੋ ਸਕਰੀਨ 'ਤੇ ਹੈ ਪਰ ਸਕਰੀਨ ਤੋਂ ਬਾਅਦ ਜੋ ਕੁਛ ਹੁੰਦਾ ਉਹ ਬੜਾ ਮਤਲਬ ਕਈ ਵਾਰ ਔਖਾ ਕੌੜਾ ਮਿੱਠਾ ਸੱਚਾ ਝੂਠਾ ਸਾਰਾ ਕੁਛ ਹੁੰਦਾ ਸਵਾਲ ਮੇਰਾ ਹੈ ਕਿ ਖਾਸ ਕਰਕੇ ਜਦੋਂ ਤੁਸੀਂ ਕਿਸੇ ਸਿੱਖ ਰੂਪ ਦੇ ਵਿੱਚ ਰੋਲ ਨਿਭਾਉਣਾ ਹੋਵੇ ਫਿਰ ਕਦੇ ਇਹੀਆਂ ਚੁਣੌਤੀਆਂ ਵੀ ਆਈਆਂ ਕਿ ਜੀ ਵਾਲ ਖੋਲ੍ਹੋ ਹੈ ਪੱਗ ਤੋਂ ਬਿਨਾਂ ਰੋਲ ਚਾਹੀਦਾ ਠੀਕ ਹੈ ਨਾ ਦਾੜੀ ਕਟਾ ਲਓ ਫਿਰ ਇਹੀਆਂ ਚੁਣੌਤੀਆਂ ਨੂੰ ਕਿਵੇਂ ਲੈਂਦੇ ਉਸ ਸਮੇਂ ਪਹਿਲੇ ਤਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਇੱਥੇ ਪੰਜਾਬੀ ਬੈਠੇ ਹੈ ਅਤੇ ਅਸੀਂ ਗੱਲ ਕਰਾਂਗੇ ਪੰਜਾਬੀ ਦੇ ਵਿੱਚ ਠੀਕ ਹੈ ਜੀ ਮੈਂ ਥੋੜ੍ਹਾ ਜਿਹਾ ਆਪਣਾ ਇੰਟਰੋਡਕਸ਼ਨ ਦੇ ਦਿੰਦਾ ਹੈਗਾ ਮੈਂ ਛੋਟੇ ਹੁੰਦੇ ਟੀ ਵੀ ਬਹੁਤ ਦੇਖਦਾ ਹੁੰਦਾ ਸੀਗਾ ਅਤੇ ਮੈਂ ਟੀ ਵੀ 'ਤੇ ਇੱਕ ਫਿਲਮ ਦੇਖਦਾ ਸੀਗਾ ਅਤੇ ਮੈਂ ਕਿਹਾ ਯਾਰ ਮਤਲਬ ਆਈ ਵਾਜ਼ ਸਮਾਲ ਮੈਂ ਕਿਹਾ ਯਾਰ ਬੰਦੇ ਨੂੰ ਐਕਟਿੰਗ ਨਹੀਂ ਆਉਂਦੀ ਸੀ ਮੈਂ ਇਸ ਤੋਂ ਵਧੀਆ ਐਕਟਰ ਐਕਟਿੰਗ ਇਸ ਤੋਂ ਵਧੀਆ ਕਰ ਸਕਦਾ ਉੱਥੋਂ ਮੇਰਾ ਜਨੂੰਨ ਪੈਦਾ ਹੋਇਆ ਐਕਟਿੰਗ ਕਰਨ ਦਾ ਅਤੇ ਹਾਓ ਐਕਟਿੰਗ ਸਟਾਰਟਿਡ ਆਈ ਵਾਜ਼ ਵਾਕਿੰਗ ਔਨ ਸਟਰੀਟ ਅਤੇ ਗੱਡੀ ਆ ਕੇ ਉੱਥੇ ਰੁਕੀ ਅਤੇ ਕਹਿੰਦੇ ਸਰ ਆਪ ਐਕਟਿੰਗ ਕਰ ਲਓਗੇ ਮੈਂ ਕਿਹਾ ਜੀ ਕਰ ਲਵਾਂਗੇ ਐਕਟਿੰਗ ਕੋਰਸ ਮੈਂ ਨਾਲ ਨਾਲ ਕਰ ਰਿਹਾ ਸੀਗਾ ਅਤੇ ਕਹਿੰਦੇ ਭਾਅ ਜੀ ਕੱਲ੍ਹ ਇੱਥੇ ਪੰਜਾਬ ਕਲਾ ਭਵਨ ਆ ਜਾਓ ਸ਼ੂਟ ਹੈਗਾ ਅਤੇ ਮੈਂ ਚਲਾ ਗਿਆ ਜੀ ਉੱਥੇ ਸੁਖਸ਼ਿੰਦਰ ਸ਼ਿੰਦਾ ਭਾਅ ਜੀ ਦਾ ਸ਼ੂਟ ਸੀਗਾ ਅਤੇ ਮੈਂ ਲਾਈਫ ਦੇ ਵਿੱਚ ਕਦੀ ਟੋਪੀ ਨਹੀਂ ਪਾਈ ਸੀਗੀ ਮੈਂ ਪਟਕਾ ਪਰਨਾ ਪਾਗੀ ਬੰਨ੍ਹੀ ਸੀਗੀ ਹੈ ਨਾ ਲਾਈਫ 'ਚ ਪਹਿਲੀ ਵਾਰ ਮੈਨੂੰ ਟੋਪੀ ਪਾਉਣੀ ਪਈ ਬਿਕੋਜ਼ ਕਨਸੈਪਟ ਗਾਣੇ ਦਾ ਇਸ ਤਰੀਕੇ ਦਾ ਸੀਗਾ ਕਿ ਪੱਗ ਦੀ ਇੰਪੋਰਟੈਂਸ ਉੱਥੇ ਦਿਖਾਈ ਗਈ ਸੀ ਗਾਣਾ ਚੱਲਿਆ ਬਹੁਤ ਹਿੱਟ ਹੋਇਆ ਗਾਣਾ ਫਿਰ ਮੇਰੀ ਪੜ੍ਹਾਈ ਚੱਲ ਰਹੀ ਸੀ ਨਾਲ ਨਾਲ ਫਿਰ ਮੈਂ ਜੋਬ ਕਰ ਰਿਹਾ ਸੀ ਕਰਦੇ ਕਰਦੇ ਮੈਨੂੰ ਇੱਕ ਸ਼ੋਅ ਆਫਰ ਹੋਇਆ love.net ਅਤੇ ਉਹ ਸ਼ੋਅ ਮਤਲਬ ਉਹਨੇ ਇੱਟ ਜਾਦੂ ਕਰਤਾ ਮਤਲਬ ਆਈ ਵਨ 6-7 ਅਵਾਰਡਸ ਫੋਰ ਦੈਟ ਸ਼ੋਅ ਮੈਂ ਕਿਹਾ ਤਾਂ ਲਾਈਨ ਬੜੀ ਵਧੀਆ ਇੱਦਾਂ ਮਤਲਬ ਪੈਸਾ ਵੀ ਬੜਾ ਘੈਂਟ ਹੈ ਅਤੇ ਲੋਕ ਬੱਲੇ ਬੱਲੇ ਅਖਬਾਰਾਂ 'ਚ ਫੋਟੋਆਂ ਇਹ ਲਾਈਨ ਬੜੀ ਘੈਂਟ ਇਹ ਲਾਈਨ ਚੁਣਨੀ ਚਾਹੀਦੀ ਹੈ ਦੈਨ ਆਈ ਸਵਿਚ ਮੈਂ ਕਿਹਾ ਹੁਣ ਆਈ ਵਿਲ ਬੀ ਅ ਫੁੱਲ ਫਲੈਜਡ ਐਕਟਰ ਉਸ ਤੋਂ ਬਾਅਦ ਜਿਹੜੇ ਚੈਲੇਂਜਸ ਸੀਗੇ ਉਹ ਆਉਣੇ ਸ਼ੁਰੂ ਹੋਏ ਬਿਕੋਜ਼ ਕਿਸੇ ਚੀਜ਼ ਨੂੰ ਦੂਰੋਂ ਦੇਖਣਾ ਔਰ ਉਸ ਚੀਜ਼ ਦੇ ਵਿੱਚ ਅੰਦਰ ਵੜਨਾ ਇਜ਼ ਟੋਟਲੀ ਡਿਫਰੈਂਟ ਸੋ ਮੈਂ ਆਈ ਸਟਾਰਟਡ ਵਿਦ ਸਮਾਲ ਸਮਾਲ ਰੋਲਸ ਕਿਤੇ ਕੋਈ ਪੁਲਿਸ ਵਾਲੇ ਦਾ ਰੋਲ ਕਰ ਲਿਆ ਕੋਈ ਐਡ ਕਰ ਲਈ ਗਾਣੇ 'ਚ ਕੁਛ ਕਰ ਲਿਆ ਹੈ ਨਾ ਦੋ ਤਿੰਨ ਸਾਲ ਮੈਂ ਕਹਿ ਰਿਹਾ ਇੱਥੇ ਤਾਂ ਮਜ਼ਾ ਨਹੀਂ ਆ ਰਿਹਾ ਬੋਂਬੇ ਚੱਲਦੇ ਹਾਂ ਬਿਕੋਜ਼ ਆਈ ਐਮ ਦੀ ਓਨਲੀ ਸਨ ਆਫ ਮਾਈ ਪੇਰੈਂਟਸ ਅਤੇ ਪੇਰੈਂਟਸ ਵਾ ਲਾਈਕ ਨਹੀਂ 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 ਬੋਂਬੇ ਨਹੀਂ ਜਾਣਾ ਉੱਥੇ ਕੀ ਕਰੇਗਾ ਤੈਨੂੰ ਕੁਛ ਫਲਾਣਾ ਅਤੇ ਮੈਂ ਕਿਹਾ ਨਹੀਂ ਨਹੀਂ ਮੈਂ ਜਾਣਾ ਅਤੇ ਮੈਂ ਲੜ ਲੜਾ ਕੇ ਬੋਂਬੇ ਚੱਲ ਗਿਆ ਉੱਥੇ ਜਦੋਂ ਗਿਆ ਅਤੇ ਉੱਥੇ ਦਾ ਜਿਹੜਾ ਸਨੈਰੀਓ ਸੀਗਾ ਦੈਟ ਵਾਜ਼ ਆਲ ਟੂਗੈਦਰ ਡਿਫਰੈਂਟ ਜਿਹੜਾ ਕੰਮ ਮੈਂ ਇੱਥੇ ਪੰਜਾਬ 'ਚ 2-3 ਸਾਲ ਕੀਤਾ ਸੀਗਾ ਉੱਥੇ ਉਹਦੀ ਕੋਈ ਵੈਲਿਊ ਨਹੀਂ ਸੀਗੀ ਸਰ ਆਪਣੇ ਹਿੰਦੀ ਮੈਂ ਕਿਆ ਕੀਆ ਸੋ ਆਈ ਹੈਡ ਟੂ ਗੋ ਥਰੂ ਅ ਪ੍ਰੋਸੈਸ ਇੱਕ ਇੱਕ ਰੋਲ ਵਾਸਤੇ 4-4 5-5 ਘੰਟੇ ਲਾਈਨ 'ਚ ਲੱਗਣਾ ਖੜ੍ਹੇ ਹੋਣਾ ਦੈਨ ਦੇ ਸੇ ਨੋਟ ਫਿੱਟ
ਨੋਟ ਫਿਟ ਇਜ਼ ਯੂ ਡੋ ਨੋਟ ਫਿਟ ਫੋਰ ਦਾ ਰੂਲ। ਦੈਨ ਮੈਂ ਆਪਣੇ ਆਪ ਨਾਲ ਸਵਾਲ ਕੀਤਾ, ਮੈਂ ਕਿਹਾ ਯਾਰ ਇਹ ਪ੍ਰੋਫੈਸ਼ਨ ਤੂੰ ਚੁਣਿਆ ਹੈਗਾ, ਇਹਦੀ ਹਰਡਲਸ ਇਹਦੀ ਸਟਰਗਲਸ ਤੈਨੂੰ ਹੀ ਚੂਜ਼ ਕਰਨੀਆਂ ਪੈਣਗੀਆਂ। ਔਰ ਮੈਂ ਜਦੋਂ ਬੰਬੇ ਲੈਂਡ ਕੀਤਾ ਸੀ, ਮੈਂ ਇੱਕ ਸੁਪਨਾ ਦੇਖਿਆ ਸੀ ਕਿ ਮੈਂ ਜਿੱਥੇ ਵੀ ਨਜ਼ਰ ਘੁਮਾ ਕੇ ਦੇਖਾਂ ਹਰ ਥਾਂ 'ਤੇ ਮੇਰੀ ਹੋਰਡਿੰਗਸ ਲੱਗੀਆਂ ਹੋਣੀਆਂ ਚਾਹੀਦੀਆਂ। 2016 ਦੇ ਵਿੱਚ ਉਹ ਸੁਪਨਾ ਪੂਰਾ ਹੋਇਆ, ਆਈ ਬਿਕੇਮ ਦ ਬ੍ਰਾਂਡ ਅੰਬੈਸਡਰ ਫੋਰ ਟੀ ਬ੍ਰਾਂਡ ਕਾਲਡ ਵਾਗ ਬੱਕਰੀ ਚਾਏ। ਮੈਨੂੰ ਉਸ ਬ੍ਰਾਂਡ ਦੇ ਮੈਨੂੰ ਦੱਸਣਾ ਨਹੀਂ ਚਾਹੀਦਾ, ਬਟ ਫਿਰ ਵੀ ਕਿਉਂਕਿ ਹੁਣ ਗੱਲ ਹੋ ਰਹੀ ਹੈ ਤੇ ਆਈ ਡੋਂਟ ਮਾਈਂਡ ਸ਼ੇਅਰ। ਮੈਨੂੰ ਉਸ ਬ੍ਰਾਂਡ ਦੇ 50,000 ਰੁਪਏ ਮਿਲੇ ਸੀਗੇ, ਬਹੁਤ ਹੁੰਦੇ ਆ, ਠੀਕ ਹੈ। ਤੇ ਮੈਂ ਇੱਕ ਵਾਰ ਟਰੈਵਲ ਕਰ ਰਿਹਾ ਸੀਗਾ ਦਿੱਲੀ ਤੋਂ, ਤੇ ਇੱਥੇ ਇੱਕ ਇੰਸਟੀਟਿਊਟ ਹੈਗਾ ਓਰੇਨ, ਉਹਦੇ ਜਿਹੜੇ ਓਨਰ ਹੈਗੇ ਆ ਮੇਰੇ ਫਰੈਂਡ ਹੈ, ਉਹਨਾਂ ਦੇ ਕੋ ਓਨਰ ਮੇਰੇ ਨਾਲ ਫਲਾਈਟ 'ਚ ਟਰੈਵਲ ਕਰ ਰਹੇ ਸੀਗੇ। ਅਤੇ ਉਹਨਾਂ ਨੇ ਕਿਹਾ, ਕਹਿੰਦੇ ਯਾਰ ਤੇਰੀ ਤਾਂ ਮਤਲਬ ਬੜੀ ਚੜ੍ਹਾਈ ਹੈ, ਤੂੰ ਹਰ ਥਾਂ 'ਤੇ ਫੋਟੋਆਂ ਯੇ ਉਹ ਫਲਾਣਾ ਟਮਕਾ ਨਾ। ਅਤੇ ਮੈਂ ਵੀ ਭਾਜੀ ਰਹਿਣਾ, ਧੰਨਵਾਦ। ਕਹਿੰਦੇ ਮਤਲਬ ਬ੍ਰਾਂਡ ਹੈਜ਼, ਤੈਨੂੰ ਪਤਾ ਮਾਰਕੀਟਿੰਗ 'ਤੇ ਤੇਰੇ 'ਤੇ ਕਿੰਨਾ ਪੈਸਾ ਲੱਗਿਆ? ਮੈਂ ਨਹੀਂ ਭਾਜੀ, ਕਹਿੰਦੇ ਬਿਕੋਜ਼ ਅਸੀਂ ਮਾਰਕੀਟਿੰਗ ਕਰਦੇ ਹਾਂ, ਸਾਨੂੰ ਇਹਦੀ ਵਰਥ ਪਤਾ ਹੈਗੀ ਹੈ। ਦ ਬ੍ਰਾਂਡ ਹੈਜ਼ ਇਨਵੈਸਟਿਡ 27 crores ਔਨ ਯੋਰ ਫੇਸ, 27 crores ਔਨ ਦ ਬ੍ਰਾਂਡਿੰਗ ਆਫ ਵਾਗ ਬੱਕਰੀ ਚਾਏ। ਦੇਰ ਵਰ ਮੋਰ ਦੈਨ 10,000 ਹੋਰਡਿੰਗਸ ਆਲ ਓਵਰ ਇੰਡੀਆ, ਉਹ ਫੋਟੋਗ੍ਰਾਫਸ ਹੋਣ, ਉਹ ਨਿਊਜ਼ ਪੇਪਰਸ ਹੋਣ, ਉਹ ਡਿਜੀਟਲ ਹੋਰਡਿੰਗਸ ਹੋਣ, ਅਖਬਾਰਾਂ ਦੀ ਹੋਰਡਿੰਗਸ ਹੋਣ, ਏਅਰਪੋਰਟ ਹੋਏ। ਸੋ ਆਈ ਵਾਜ਼ ਲਾਈਕ, ਮੈਂ ਕਿਹਾ ਪੈਸੇ ਤਾਂ ਸਾਡੇ 50,000 ਰੁਪਏ ਮਿਲੇ ਸੀਗੇ, 27 crore ਦੀ ਪਬਲਿਸਿਟੀ ਕਰਾਤੀ ਮੇਰੇ ਤੋਂ। So then I realized, okay, nahi, money is not important. Your face value is very, 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 very important. Ki tusi kise brand nu represent kar rahe ho, thoda jera chehra hai gaya. Phir mainu, I used to get messages on Facebook and Instagram, paaji, thonu dekh ke inspiration aandi hai, asi bhi thonu dekh ke pagbandi sikhi, asi bhi thonu dekh ke Punjabi bolni sikhi. Matlab, we really get inspired of what you do. Then I thought, main kya yaar, ਕੰਮ ਠੀਕ ਹੋ ਰਿਹਾ ਹੈ ਨਾ, ਲੋਕ ਇੰਸਪਾਇਰ ਹੋ ਰਹੇ ਆ। ਫਿਰ ਆਈ ਰਿਮੈਂਬਰ ਮੀ ਐਂਡ ਓਜਸਵੀ ਵਰ ਡਿਸਕਸਿੰਗ, ਓਜਸਵੀ ਨੇ ਮੈਨੂੰ ਇੱਕ ਫਿਲਮ ਆਫਰ ਕੀਤੀ, ਰੂ, ਇਟ ਵਾਜ਼ ਅ ਸ਼ਾਰਟ ਫਿਲਮ। ਕਹਿੰਦਾ ਕੇਵਲ ਦਾੜੀ ਦਾੜੀ ਬਣੀ ਹੈ, ਅਤੇ ਜਦੋਂ ਸਟੋਰੀ ਸੁਣਾਈ ਅਤੇ ਮੈਨੂੰ ਬਹੁਤ ਮਜ਼ਾ ਆਇਆ, ਮੈਂ ਕਿਹਾ ਓਜਸਵੀ ਲੈਟਸ ਡੂ ਇਟ। ਮੈਂ 7-8 ਮਹੀਨੇ ਅਪਰੋਕਸੀਮੇਟਲੀ 60-70 ਪ੍ਰੋਜੈਕਟਸ ਛੱਡੇ, ਜਸਟ ਬਿਕੋਜ਼ ਆਈ ਵਾਂਟਡ ਟੂ ਸ਼ੂਟ ਰੂ ਵਿਦ ਓਜਸਵੀ। I had to gain this much of beard because ਉਹਦੇ ਵਿੱਚ ਇੱਕ ਗੁਰਸਿੱਖ ਮੁੰਡਾ ਦਿਖਾਇਆ ਗਿਆ ਹੈਗਾ ਕਿ ਜੋ ਲੋਕਾਂ ਤੋਂ ਇੰਸਪਾਇਰ ਹੋ ਕੇ ਵਾਲ ਕੱਟਣਾ ਚਾਹੁੰਦਾ, ਬਟ ਉਹਦਾ ਛੋਟਾ ਜਿਹਾ ਬੱਚਾ ਹੈਗਾ 7-8 ਸਾਲ ਦਾ, ਜੋ ਕਿ ਉਹਨੂੰ ਇੰਸਪਾਇਰ ਕਰ ਦਿੰਦਾ ਕਿ ਪਾਪਾ ਮੈਂ ਤਾਂ ਤੁਹਾਡੇ ਵਰਗਾ ਬਣਨਾ ਚਾਹੁੰਦਾ ਸੀਗਾ, ਤੁਸੀਂ ਕਿਹਦੇ ਵਰਗੇ ਬਣੀ ਜਾਂਦੇ ਹੋ। ਅਤੇ ਉਹ ਫਿਲਮ ਨੇ ਬੜੇ ਸਾਰੇ ਅਵਾਰਡ ਜਿੱਤੇ, ਬੜੇ ਸਾਰੇ ਫਿਲਮ ਫੈਸਟੀਵਲ ਦੇ ਵਿੱਚ ਫਿਲਮ ਗਈ। ਉਹ ਫਿਲਮ ਕਰਨ ਤੋਂ ਬਾਅਦ ਮੈਂ ਰਿਲਾਈਜ਼ ਹੋਇਆ, ਆਈ ਕਮ ਟੂ ਯੋਰ ਕੁਐਸਚਨ, ਕਿ ਹਾਊ ਡੂ ਯੂ ਚੂਜ਼ ਰੋਲਸ ਐਂਡ ਯੂ ਨੋ ਵਟ ਕਮਸ ਟੂ ਯੂ ਵੈਨ ਇਟ ਕਮਸ ਟੂ ਰੋਲਸ। ਤੁਸੀਂ ਜਦੋਂ ਵੀ ਕੋਈ ਰੋਲ ਚੂਜ਼ ਕਰਦੇ ਹੋ, ਆਈ ਹੈਵ ਫੇਸਡ 99% ਰਿਜੈਕਸ਼ਨਸ ਆਫ ਦ ਰੋਲ ਦੈਟ ਆਈਵ ਡਨ, ਆਈਵ ਓਨਲੀ ਡਨ 1% ਰੋਲਸ, ਬਟ ਉਹ ਜਿਹੜੇ 1% ਰੋਲਸ ਮੈਂ ਕੀਤੇ ਹੈਗੇ ਹੈ, ਉਹ ਲੋਕਾਂ ਲਈ ਇੰਸਪੀਰੇਸ਼ਨ ਬਣੇ ਹੈਗੇ ਹੈ, ਲੋਕਾਂ ਲਈ ਇੱਕ ਐਪਰੀਸੀਏਸ਼ਨ ਬਣੇ ਹੈਗੇ ਕਿ ਯਾਰ ਇਹ ਚੀਜ਼ ਬੜੀ ਵਧੀਆ ਹੋਈ ਹੈ। ਔਰ ਉਹਦੇ ਪਿੱਛੇ ਜਿਹੜੀ ਜਰਨੀ ਹੈਗੀ ਹੈ, ਉਹ ਜਿਹੜਾ ਬੰਦਾ ਉਸ ਰੋਲ ਨੂੰ ਨਿਭਾਉਂਦਾ ਹੈ, ਜਿਹੜਾ ਬੰਦਾ ਉਸ ਰੋਲ ਨੂੰ ਕਰਦਾ, ਉਹ ਸਿਰਫ ਉਹਨੂੰ ਹੀ ਪਤਾ ਹੁੰਦਾ, ਬਿਕੋਜ਼ ਇੱਕ ਰੋਲ ਦੇ ਪਿੱਛੇ 10,000 ਬੰਦੇ ਲੱਗੇ ਹੋਏ ਹੈ, ਉਹ ਰੋਲ ਤੁਹਾਨੂੰ ਮਿਲ ਰਿਹਾ, ਦੈਟ ਮੀਨਸ ਤੁਸੀਂ ਕੁਛ ਤਾਂ ਸਪੈਸ਼ਲ ਉਸ ਰੋਲ ਵਾਸਤੇ ਕੀਤਾ ਹੋਵੇਗਾ।
ਬਹੁਤ ਸ਼ੁਕਰੀਆ, ਮੈਂ ਦੁਬਾਰਾ ਵੀ ਆਵਾਂਗਾ, ਆਪਾਂ ਇੱਕ ਵਾਰ ਚੱਕੀ ਫਿਰ ਘੁਮਾਵਾਂਗੇ। ਜੋਤ ਕੌਰ ਦੁਬਾਰਾ ਜਾਣਾ ਚਾਹੁੰਦਾ, ਜਿਸ ਤਰ੍ਹਾਂ ਕਮਲਪ੍ਰੀਤ ਕਹਿ ਰਹੇ ਸੀਗੇ ਕਿ ਦਾੜੀ ਰੱਖਣ ਦੇ ਲਈ ਮੈਨੂੰ 7-8 ਮਹੀਨੇ ਦਾ ਸਮਾਂ ਲੱਗੇ ਅਤੇ ਉਸ ਦੌਰਾਨ ਕਿੰਨੇ ਪ੍ਰੋਜੈਕਟ ਛੱਡੇ। ਬੇਸ਼ੱਕ ਇਹ ਸਮਝੌਤਾ ਪੋਜ਼ੀਟਿਵ ਲਈ ਸੀਗਾ, ਹੈ ਨਾ, ਪਰ ਕਈ ਵਾਰ ਫਿਲਮਾਂ 'ਚ ਜਾਂ ਥੀਏਟਰ ਕਰਦੇ ਹਾਂ, ਕਈ ਵਾਰ ਨੈਗੇਟਿਵ ਸਮਝੌਤੇ ਵੀ ਕਰਨੇ ਪੈਂਦੇ ਆ। ਕੋਈ ਇਹੋ ਜਿਹੇ ਚੈਲੇਂਜ ਵੀ ਆ ਰਿਹਾ, ਤੁਸੀਂ ਤੁਹਾਡੇ ਨਵਾਂ ਸਫ਼ਰ ਸ਼ੁਰੂ ਕੀਤਾ ਇਸ ਲਾਈਨ 'ਚ? ਸਫ਼ਰ ਤਾਂ ਖੈਰ ਕਾਫੀ ਦੇਰ ਤੋਂ ਪਟਿਆਲਾ ਪੈਗ ਦਲਜੀਤ ਦੋਸਾਂਝ ਨਾਲ ਕੀਤਾ ਸੀ, ਉਸ ਤੋਂ ਬਾਅਦ ਕਾਫੀ ਕੁਛ ਆਈ ਵਿਲ ਸੇ ਅਨਫੋਰਚੂਨੇਟ ਐਂਡ ਲੱਕੀ ਕਿ ਕਾਫੀ ਕੰਮ ਕਰ ਰਿਹਾ ਹੈ ਐਂਡ ਦ ਜਰਨੀ ਇਜ਼ ਔਨ ਗੋਇੰਗ, ਉਹ ਕਦੀ ਫੁੱਲ ਸਟਾਪ ਨਹੀਂ ਆਉਂਦਾ ਕ੍ਰੀਏਟਿਵਲੀ। ਹਾਂਜੀ, ਸੋ ਦੇਖੋ ਜਦੋਂ ਵੀ ਆਪਾਂ ਆਰਟਿਸਟ ਹੁੰਦੇ ਹਾਂ, ਜਿਵੇਂ ਇਹਨਾਂ ਨੇ ਬਹੁਤ ਹੀ ਰਾਈਟਲੀ ਕਿਹਾ, ਦੇਰ ਆਰ ਚੈਲੇਂਜਸ, ਤੁਸੀਂ ਵਰਡ ਕਹੋਗੇ ਜਾਂ ਇਹ ਡੈਡੀਕੇਸ਼ਨ ਕਹਿ ਸਕਦੇ ਹੋ, ਆਈ ਵੁੱਡ ਰਾਦਰ ਸੇ ਅ ਵੈਰੀ ਸਿੰਸੀਅਰ ਡੈਡੀਕੇਸ਼ਨ ਟੂਵਰਡਸ ਯੋਰ ਕਰਾਫਟ। ਤੁਹਾਨੂੰ ਜਦੋਂ ਕੋਈ ਵੀ ਰੋਲ ਮਿਲਦਾ, ਹਰ ਆਰਟਿਸਟ ਦਾ ਇੱਕ ਸੁਪਨਾ ਹੁੰਦਾ ਹੈ ਜਾਂ ਉਹਨੂੰ ਲੱਗਦਾ ਕਿ ਨਹੀਂ ਆਈ ਹੈਵ ਟੂ ਗਿਵ ਮਾਈ 100% ਟੂ ਇਟ ਬਿਕੋਜ਼ ਦੈਟਸ ਯੋਰ ਬੇਬੀ। ਦੈਨ ਤੁਸੀਂ ਉਸ ਪ੍ਰੋਜੈਕਟ ਦਾ ਹਿੱਸਾ ਹੁੰਦੇ ਹੋ ਔਰ ਤੁਹਾਨੂੰ ਲੱਗਦਾ ਇਸ ਕਿਰਦਾਰ ਨੂੰ ਤੁਸੀਂ ਆਪਣਾ 100% ਦੇਣਾ। ਬੇਸ਼ੱਕ ਉਹ ਇੱਕ ਕੈਰੇਕਟਰ ਦੇ ਲੁੱਕ ਨੂੰ ਲੈ ਕੇ ਹੈ, ਬੇਸ਼ੱਕ ਉਹ ਡਾਇਲੈਕਟ ਨੂੰ ਲੈ ਕੇ ਹੈ। ਜਿਵੇਂ ਹੁਣ ਮੇਰੀ ਅਗਲੀ ਹਿੰਦੀ ਫਿਲਮ ਜਿਹੜੀ ਬਾਲੀਵੁੱਡ 'ਤੇ ਆ ਰਹੀ ਹੈ ਐਜ਼ ਅ ਲੀਡ ਐਕਟਰੈਸ, ਕ੍ਰਿਸਪੀ ਰਿਸ਼ਤੇ, ਪ੍ਰਕਾਸ਼ ਝਾ ਸਰ ਉਹਦੇ ਗਾਈਡਿੰਗ ਫੋਰਸ ਨੇ ਐਂਡ ਗੋਇੰਗ ਵਿਸਲਸ ਤੋਂ ਆ ਰਹੀ ਹੈ, ਉਹਦੇ 'ਚ ਮੈਂ ਇੱਕ ਰਾਜਸਥਾਨੀ ਲੜਕੀ ਦਾ ਕਿਰਦਾਰ ਨਿਭਾ ਰਹੀ ਹਾਂ, ਦ ਗਰਲ ਇਜ਼ ਫਰੋਮ ਜੈਪੁਰ। ਸੋ ਮੈਂ ਖੁਦ ਜਾ ਕੇ ਫਿਊ ਡੇਜ਼ ਜੈਪੁਰ ਵਿੱਚ ਰਹੀ ਐਂਡ ਆਈ ਟੋਲਡ ਦੀ ਡਾਇਰੈਕਟਰ, ਮੈਨੂੰ ਨਰੇਸ਼ਨ ਜਦੋਂ ਮਿਲੀ, ਸਕ੍ਰਿਪਟ ਰਾਈਟਰ ਨੇ ਦੱਸਿਆ ਇਹ ਤੁਹਾਡਾ ਕੈਰੈਕਟਰ ਹੈ, ਮੈਂ ਜਾ ਕੇ ਉੱਥੇ ਰਹੀ ਜਸਟ ਟੂ ਓਬਜ਼ਰਵ ਦੀ ਬੋਡੀ ਲੈਂਗੁਏਜ ਆਫ ਦੋਜ਼ ਲੇਡੀਜ਼, ਉਹਨਾਂ ਦਾ ਡਾਇਲੈਕਟ, ਉਹਨਾਂ ਦਾ ਉਹ ਲੈਂਗੁਏਜ ਕਿੱਦਾਂ ਬੋਲਦੇ ਨੇ, ਐਵਰੀਥਿੰਗ, ਦ ਵੇ ਦੇ ਵੇਅਰ ਦੇ ਕਲੋਥਸ, ਪੁਸ਼ਾਕ, ਰਾਜਸਥਾਨੀ ਪੁਸ਼ਾਕ ਪਾਈ ਹੈ ਪੂਰੀ ਫਿਲਮ 'ਚ। ਸੋ ਦੈਟ ਇਜ਼, ਯੂ ਕੈਨ ਸੇ ਦੈਟ ਇਜ਼ ਆਰ ਹੋਮਵਰਕ ਐਜ਼ ਐਨ ਐਕਟਰ, ਤਾਂ ਹੀ ਅਸੀਂ ਜਸਟਿਸ ਕਰ ਸਕਾਂਗੇ। ਜਦੋਂ ਵੀ ਉਹ ਫਿਲਮ ਕੋਈ ਰਾਜਸਥਾਨੀ ਸਪੈਸ਼ਲੀ ਕਸਟਮਸ ਨੂੰ ਲੈ ਕੇ ਜਾਂ ਰਾਜਸਥਾਨੀ ਗਰੁੱਪ ਦੇਖੇਗਾ, ਉਹਨਾਂ ਨੂੰ ਵੀ ਜੈਨੂਇਨਲੀ ਲੱਗਣਾ ਚਾਹੀਦਾ ਦੈਟ ਯੈਸ ਯੂ ਹੈਵ ਵਰਕਡ ਔਨ ਯੋਰ ਕੈਰੈਕਟਰ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ। ਉਸਦੇ ਵਿੱਚ ਇਹ ਮੇ ਬੀ ਅ ਪਰਸਨ ਹੂ ਇਜ਼ ਨੋਟ ਫਰੋਮ ਦ ਕ੍ਰੀਏਟਿਵ ਫੀਲਡ, ਉਹਨੂੰ ਸ਼ਾਇਦ ਇਹ ਔਖਾ ਲੱਗੇਗਾ, ਬਟ ਸਾਡੇ 'ਚ ਉਹ ਜਨੂਨ ਹੈ, ਉਹ ਜ਼ੀਲ ਹੈ, ਉਹ ਪੈਸ਼ਨ ਹੈ ਇੱਕ ਕਿਰਦਾਰ ਨੂੰ ਨਿਭਾਉਣ ਦੀ ਐਂਡ ਵੀ ਐਬਸੋਲਿਊਟਲੀ ਲਵ ਇਟ। ਬਿਲਕੁਲ ਬਿਲਕੁਲ ਜੋ ਜੀ, ਕੋਈ ਜਨੂਨ ਹੀ ਹੁੰਦਾ ਜਿਹੜਾ ਤੁਹਾਨੂੰ ਸਿਖਰ ਤੇ ਲੈ ਕੇ ਜਾਂਦਾ, ਔਰ ਜਦੋਂ ਤੱਕ ਜਨੂਨ ਨਹੀਂ ਫਿਰ ਤਦ ਤੱਕ ਤੁਸੀਂ ਉਹ ਜਿੱਤ ਨਹੀਂ ਹਾਸਲ ਕਰ ਸਕਦੇ। ਜਿਸ ਤਰ੍ਹਾਂ ਕਮਲਪ੍ਰੀਤ ਹੋਰੀ ਕਹਿ ਰਹੇ ਸੀਗੇ ਕਿ ਕਿੰਨਾ ਕੁਝ ਛੱਡਣਾ ਪੈਂਦਾ, ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤੇ ਮੈਨੂੰ ਲੱਗਦਾ ਸੀਗਾ ਕਿ ਮੈਂ ਆਪਣੇ ਜੇ ਲੇਖ ਕਹਾਣੀ ਅਖਬਾਰ ਨੂੰ ਭੇਜਾਂਗਾ ਤਾਂ ਉਹ ਨਹੀਂ ਛਪਣਗੇ, ਤੇ ਮੇਰੇ ਕੋਲ ਪ੍ਰੋਫੈਸਰ ਨੇ ਕਿਹਾ, ਕਹਿੰਦਾ ਤੂੰ ਅਖਬਾਰ ਨੂੰ ਇੱਕ ਕਹਾਣੀ ਪੇਜ, ਦੋ ਪੇਜ, ਤਿੰਨ ਪੇਜ ਨਹੀਂ ਛਪੀ, ਕਿਸੇ ਨੂੰ ਥੋੜਾ ਪਤਾ, ਜਦੋਂ ਚੌਥੀ ਛਪੀ ਸਾਰਿਆਂ ਨੂੰ ਉਹ ਪਤਾ, ਸੋ ਜੋ ਤੁਸੀਂ ਦਿਖਦਾ ਉਹ ਵਿਕਦਾ। ਸੋ ਤੁਸੀਂ ਦਿਖ ਰਹੇ ਹੋ ਲੋਜ਼ ਨੇ ਨਾ, ਮੈਨੂੰ ਲੱਗਦਾ ਲਾਈਫ 'ਚ ਹਾਈਜ਼ ਐਂਡ ਲੋਜ਼ ਹਰ ਪ੍ਰੋਫੈਸ਼ਨ ਦਾ ਹਿੱਸਾ ਹੈ, ਬਟ ਜਦੋਂ ਤੁਸੀਂ ਕ੍ਰੀਏਟਿਵ ਫੀਲਡ 'ਚ ਆਉਂਦੇ ਹੋ ਬਿਕੋਜ਼ ਇਹਦੇ ਨਾਲ ਫੇਮ ਵੀ ਜੁੜਿਆ ਹੋਇਆ ਐਂਡ ਦੇਰ ਆਰ ਐਜ਼ ਵੈਰੀ ਰਾਈਟਲੀ ਸੈਡ ਕਿ 10,000 ਪੀਪਲ ਔਰ ਮੋਰ ਆਰ ਵੇਟਿੰਗ ਫੋਰ ਦੈਟ ਰੋਲ, ਹੈਨਾ, ਪਹਿਲਾਂ ਤਾਂ ਤੁਸੀਂ ਛੱਡਦੇ ਨਹੀਂ ਹੋ, ਅਗਰ ਛੱਡਦੇ ਹੋ ਤਾਂ ਲਾਈਨ ਬਹੁਤ ਲੰਬੀ ਹੈ। ਸੋ ਇਟ ਮੀਨਸ ਕਿ ਲੋਜ਼ ਵੀ ਓਨੇ ਹੀ ਜ਼ਿਆਦਾ ਆਉਣਗੇ, ਬਟ ਅਗਰ ਤੁਹਾਡੇ 'ਚ ਉਹ ਜਨੂਨੀਅਤ ਹੈ ਤਾਂ ਤੁਹਾਨੂੰ ਉਹ ਲੋਜ਼ ਅਫੈਕਟ ਨਹੀਂ ਕਰਦੇ ਮੈਂਟਲੀ। ਯੈਸ ਨਿਸ਼ਾ ਮੈਡਮ, ਜਦੋਂ ਇਹ ਸਵਾਲ ਆਉਂਦਾ ਕਿ ਤੁਸੀਂ ਕੁਝ ਚੁਣਨ ਲੱਗੇ ਹੋ ਤਾਂ ਤੁਸੀਂ ਕਿਸੇ ਨੂੰ ਆਈਡਲ ਵੀ ਬਣਾਉਂਦੇ ਹੋ, ਚਾਹੇ ਉਹ ਉਸੇ ਖੇਤਰ 'ਚ ਹੋਵੇ ਚਾਹੇ ਬਾਹਰੋਂ ਹੋਵੇ। ਜਦੋਂ ਮੈਂ ਸੰਵਾਦ ਚੁਣਨਾ ਹੋਵੇ ਤਾਂ ਬਾਬਾ ਨਾਨਕ ਮੇਰਾ ਆਈਡਲ ਹੈ, ਜਦੋਂ ਮੈਂ ਸੰਘਰਸ਼ ਤੋਂ ਲੰਘਣਾ ਹੋਵੇ ਤਾਂ ਦਸਮ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਆਈਡਲ ਨੇ, ਜਦੋਂ ਮੈਂ ਕਿਤੋਂ ਗਿਆਨ ਲੈਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਅਤੇ ਗੀਤਾ ਮੇਰੇ ਮੂਹਰੇ ਮੇਰੇ ਲਈ ਰਾਧ ਸੇਵਾ ਨੇ। ਸੋ ਤੁਸੀਂ ਜਦੋਂ ਇਸ ਲਾਈਨ ਦੇ ਵਿੱਚ, ਫਿਲਮ ਲਾਈਨ ਦੇ ਵਿੱਚ ਅੱਗੇ ਜਾਂਦੇ ਹੋ ਤਾਂ ਤੁਸੀਂ ਕਿਹਨੂੰ ਆਈਡਲ ਲੈ ਕੇ ਤੁਰੇ ਹੋ
ਕਿਉਂਕਿ ਘਰੋਂ ਤੁਰਨ ਲੱਗੇ ਬੇਬੇ ਬਹੁਤ ਕੁਛ ਸਮਝਾਉਂਦੀ ਆ, ਬਾਪੂ ਦੀਆਂ ਅੱਖਾਂ ਬਹੁਤ ਕੁਛ ਕਹਿੰਦੀਆਂ ਨੇ, ਪਰ ਉਸਦੇ ਬਾਵਜੂਦ ਵੀ ਫਿਰ ਤੁਸੀਂ ਕਿਹਨੂੰ ਆਈਡਲ ਮੰਨ ਕੇ ਚੱਲਦੇ ਹੋ ਕਿ ਮੈਂ ਇਹੋ ਜਿਹਾ ਬਣਨਾ ਜਾਂ ਇਹੋ ਜਿਹਾ ਹੋਣਾ ਚਾਹੀਦਾ ਫਿਲਮ ਦੇ ਵਿੱਚ? ਕੌਣ ਹੁੰਦਾ ਆਈਡਲ ਫਿਰ? ਤੁਸੀਂ ਤੁਹਾਨੂੰ ਸਮਝ ਆ ਗਏ ਮੇਰੀ ਅੱਖਾਂ ਨੂੰ ਵੇਖਣ ਤੋਂ ਬਾਅਦ ਕਿ ਮੈਂ ਇਹ ਕਹਿਣ ਵਾਲੀ ਹਾਂ ਕਿ ਬਹੁਤ ਲੋਕਾਂ ਕਹਿੰਦੇ ਆ ਉਹ ਮੇਰਾ ਆਈਡਲ ਹੈ, ਆਫਕੋਰਸ ਜਿਹੜੇ ਲੈਜੈਂਡਸ ਆ ਆਫਕੋਰਸ ਮੇਰੇ ਆਈਡਲ ਹੈਗੇ, ਲੇਕਿਨ ਮੈਂ ਲਾਈਫ 'ਚ ਜਿਹੜੇ ਵੀ ਬੰਦੇ ਨੂੰ ਮਿਲੀ ਆ ਉਹਨਾਂ ਨਾਲ ਮੈਂ ਕੁਛ ਸਿੱਖਿਆ। Because Guru Nanak Dev Ji said, if you don't see God in one, you don't see God at all. Te sari shaklai alag hundi hai, twins di vi thodi alag hundi hai, te sari rooha vi alag hai. Te in life ji sab to vadhiya cheez pata kya, jinne lokan naal tusi gal karo kive kar gal karo as if tusi onu kal nahi miloge. Kadi tusi ne gal kiti kisi naal ਕਿਆ ਪਤਾ ਇਹ ਲਾਸਟ ਫੋਨ ਕਾਲ ਹੋਵੇਗੀ? ਤੇ ਤਾਂ ਕਰਕੇ ਮੈਂ ਆਪਣੀ ਜ਼ਿੰਦਗੀ ਨੂੰ ਇੱਦਾਂ ਹੀ ਮੈਂ ਕਰਦੀ ਹਾਂ, ਜਿਹਨਾਂ ਨਾਲ ਵੀ ਗੱਲ ਕਰਦੀ ਹਾਂ ਉਹਨਾਂ ਨਾਲ ਮੈਂ ਸਿੱਖਦੀ ਹਾਂ ਕਿ ਮੈਂ ਕੀ ਸਿੱਖ ਸਕਦੀ ਹਾਂ। ਅਤੇ ਸਭ ਜੇ ਸਭ ਬੈਠਿਆ ਤੁਸੀਂ ਸਭ ਹੀ ਮੇਰੇ ਆਈਡਲਸ ਹੋ। ਐਂਡ ਜਦੋਂ ਮੈਂ ਇਹ ਕਹਿ ਰਹੀ ਹਾਂ, ਤੁਸੀਂ ਯਾਦ ਰੱਖੋ ਕਿ ਕਦੇ ਲਾਈਫ 'ਚ ਜਦੋਂ ਤੁਸੀਂ ਸੈਡ ਫੀਲ ਕਰੋ, ਯਾਦ ਰੱਖੋ ਕਿ ਇੱਕ ਨਿੱਕੀ ਕੁੜੀ ਸੀਗੀ ਅਨੀਸ਼ਾ ਵਿੱਚੋਂ ਈਸ ਤੋਂ ਯੂਸ ਮਾਲੀ ਸੇ ਮਨੇਮ, ਉਹਨਾਂ ਨੇ ਕਿਹਾ ਸੀਗਾ ਕਿ ਮੈਂ ਉਹਦਾ ਆਈਡਲ ਹਾਂ, ਤਾਂ ਫਿਰ ਜਦੋਂ ਪਹਿਲੀ ਵਾਰ ਪਿੰਡ ਚ ਸ਼ੋਅ ਮੈਚ ਲਈ ਕੁਲਫੀ ਖੇਡਣ ਗਏ ਨਾ ਤਾਂ 25-25 ਪੈਸੇ ਮਿਲੇ ਸੀ ਸਾਨੂੰ, ਤੇ ਉਹਦੇ ਨਾਲ ਇੰਨੇ ਵਾਗੋ ਵਾਗ ਸੀ ਲੈ ਵੀ ਕਿ ਕੁਲਫੀ ਆਊਗੀ। ਸੋ ਪਰ ਮੈਂ ਇਸੇ ਸੈਸ਼ਨ ਤੇ ਵਾਪਸ ਪਰਤਦੇ ਹਾਂ। ਕਮਲਪ੍ਰੀਤ ਜਿਹੜਾ ਕਲਾਕਾਰ ਦੇ ਨਾਲ ਗਾਇਕ ਵੀ ਆ ਅਤੇ ਸਾਡੇ ਸਰੋਤੇ ਕੰਨ ਵਾਸਤੇ ਆਦਿ ਵੀ ਨੇ, ਸੋ ਮੈਂ ਚਾਹੁੰਦਾ ਕਿ ਕੋਈ ਗੀਤ ਰਾਹੀਂ ਵੀ ਦੋ ਬੋਲ ਸਾਂਝੇ ਹੋ ਜਾਣ। ਕੋਈ ਗੀਤ ਰਾਹੀਂ ਬੋਲ ਜ਼ਰੂਰ ਸਾਂਝੇ ਹੋਣਗੇ, ਪਰ ਛੋਟੀ ਜੀ ਸਟੋਰੀ ਜ਼ਰੂਰ ਦੱਸਾਂਗੇ ਵੀ ਗਾਇਕ ਬੜੇ ਐਕਟਿੰਗ ਵਰਗੀ ਸਟੋਰੀ ਹੈ, ਦਿਖਣ ਨੂੰ ਲੱਗਦਾ ਸੀ ਯਾਰ ਸਿੰਗਰਸ ਤਾਂ ਮਤਲਬ ਹੈ ਚੱਕ ਲਾਂਗੇ ਫੱਟੇ ਇੱਦਾਂ ਹੋ ਜਾਏਗਾ ਉੱਦਾਂ ਹੋ ਜਾਏਗਾ। ਪਹਿਲਾਂ ਜਦੋਂ ਗਾਣਾ ਤਿਆਰ ਕੀਤਾ ਅਤੇ ਆਈ ਵਾਜ਼ ਵੈਰੀ ਕੌਨਫੀਡੈਂਟ, ਮੇਰੇ ਪਹਿਲੇ ਗਾਣੇ ਦਾ ਨਾਂ ਸੀ ਪੰਜਾਬੀਆਂ ਦੀ ਚੜ੍ਹਦੀ ਕਲਾ ਰੱਬ ਰੱਖੇ, ਮਤਲਬ ਬੜਾ ਸੋਚ ਕੇ ਗਾਣਾ ਲਿਖਿਆ ਗਿਆ ਸੀਗਾ, ਹੈ ਨਾ। ਅਤੇ ਗਾਣਾ ਬਣ ਗਿਆ, ਆਡੀਓ ਵੀਡੀਓ ਰੈਡੀ ਹੋ ਗਿਆ ਸਾਰਾ, ਅਸੀਂ ਕੰਪਨੀਜ਼ ਕੋਲ ਗਏ, 40-45 ਕੰਪਨੀਜ਼ ਕੋਲ ਗਏ, ਕਿਸੇ ਨੇ ਮੇਰੇ ਗਾਣਾ ਰਿਲੀਜ਼ ਨਹੀਂ ਕੀਤਾ ਕਿਉਂਕਿ ਨਵਾਂ ਸੀਗਾ, ਮੈਨੂੰ ਕੋਈ ਜਾਣਦਾ ਨਹੀਂ ਸੀ ਐਜ਼ ਅ ਸਿੰਗਰ। ਮੈਂ ਬੜਾ ਪਰੇਸ਼ਾਨ, ਮੈਂ ਕਿਹਾ ਯਾਰ ਅਸੀਂ ਕੀਤਾ ਜੀ, ਮੈਂ ਆਪਦਾ ਪੈਸਾ ਲਾ ਕੇ ਗਾਣਾ ਰਿਲੀਜ਼ ਕਰ ਦੂੰਗਾ, ਤੁਹਾਡੀ ਐਸੀ ਵੀ ਫਿਰ ਉਹ ਕੰਪਨੀ ਨੇ ਕਿਸੇ ਨੇ ਗੱਲਬਾਤ ਹੋਈ, ਕੰਪਨੀ ਨੇ ਫਰੋਡ ਕਰਤਾ, ਮੈਂ ਵਾਪਸ ਲੈ ਲਿਆ ਗਾਣਾ, ਕੋਈ ਚੱਕਰ ਨਹੀਂ, ਦੂਜਾ ਗਾਣਾ ਬਣਾਇਆ। ਭਾਜੀ ਆਈ ਗੋਟ ਅ ਪ੍ਰੋਡਿਊਸਰ ਫੋਰ 10 lakh rupees ਫੋਰ ਮਾਈ ਸੈਕਿੰਡ ਸੌਂਗ, ਮਤਲਬ ਕੌਨਫੀਡੈਂਸ ਇੰਨਾ ਕੁ ਵੱਧ ਗਿਆ, ਮੈਂ ਕਿਹਾ ਹੁਣ ਤਾਂ ਧੋਕੀਆਂ ਬੁਲਾ ਰਹੀਆਂ, 100 ਗਾਣੇ ਕੱਢਣੇ ਆ, ਠੀਕ ਹੈ ਜੀ। ਫਿਰ ਤੀਜਾ ਗਾਣਾ ਕੱਢਿਆ, ਫਿਰ ਚੌਥਾ ਗਾਣਾ ਮੇਰਾ, ਸੋਰੀ ਤੀਸਰਾ ਗਾਣਾ ਚੱਲਿਆ, ਔਰ ਮਾਈ ਰੀਸੈਂਟ ਸੌਂਗ ਵੈਡਿੰਗ ਸੌਂਗ, ਉਦੋਂ ਮਤਲਬ ਇਟ ਕ੍ਰੋਸ 2 million ਵਿਊਜ਼ ਔਨ ਯੂਟਿਊਬ, 17-18 ਦਿਨ ਗਾਣਾ ਟ੍ਰੈਂਡ ਕੀਤਾ। ਅਤੇ ਆਈ ਕੈਨ ਵੈਰੀ ਪ੍ਰਾਊਡਲੀ ਸੇ ਕਿ ਮੇਰੇ ਕੋਲ ਇਸ ਟਾਈਮ 7 audios ਹੋਰ ਤਿਆਰ ਹੈ, ਔਰ ਹੁਣ ਮੈਂ ਕੰਪਨੀਜ਼ ਦੇ ਪਿੱਛੇ ਨਹੀਂ ਭੱਜਦਾ, ਕੰਪਨੀਜ਼ ਮੇਰੇ ਪਿੱਛੇ ਭੱਜਦੀ ਹੈ। ਦੈਟ ਇਜ਼ ਆਲ ਬਿਕੋਜ਼ ਆਫ ਮਾਈ ਪੇਰੈਂਟਸ ਬਲੈਸਿੰਗਸ, ਮਾਈ ਹਾਰਡ ਵਰਕ। ਐਂਡ ਜ਼ਿੰਦਗੀ 'ਚ ਇੱਕ ਚੀਜ਼ ਹਮੇਸ਼ਾ ਯਾਦ ਰੱਖਣਾ, ਜਿਹੜਾ ਤੁਹਾਡਾ ਕੌਨਫੀਡੈਂਸ ਹੈ ਔਰ ਜਿਹੜੀ ਤੁਹਾਡੀ ਘਰਦਿਆਂ ਦੀ ਬਲੈਸਿੰਗਸ ਹੈ, ਉਸ ਤੋਂ ਉੱਪਰ ਕੁਛ ਨਹੀਂ ਹੈਗਾ, ਦੇ ਕੈਨ ਗਿਵ ਯੂ ਐਵਰੀਥਿੰਗ। ਹੁਣ ਗਾਣੇ ਦੇ ਦੋ ਬੋਲ ਹੋ ਜਾਂਦੇ।
ਹੋ ਚਾਰੇ ਪਾਸੇ ਰੌਣਕਾਂ ਲੱਗੀਆਂ ਲੱਗੀਆਂ ਦੇਖ ਰਕਾਨੇ ਵਿੱਚ ਖੁਸ਼ੀ ਦੇ ਨੱਚਦੇ ਟੱਪਦੇ ਕੀ ਚਾਚੇ ਕੀ ਮਾਮੇ ਹੋ ਵਿੱਚ ਖੁਸ਼ੀ ਦੇ ਨੱਚਦੇ ਟੱਪਦੇ ਕੀ ਚਾਚੇ ਕੀ ਮਾਮੇ ਹੋ ਯਾਰਾ ਬੇਲੀਆਂ ਨੇ ਵੇਖ ਪਾਇਆ ਅੱਜ ਗਾਏ ਨੱਚ ਲੋ ਜੀ ਸਾਰੇ ਹੋ ਨੱਚ ਲੋ ਜੀ ਸਾਰੇ ਤੁਹਾਡੇ ਵੀਰੇ ਦਾ ਵਿਆਹ ਹੈ ਨੱਚ ਲੋ ਜੀ ਸਾਰੇ ਤੁਹਾਡੀ ਭਾਬੀ ਦਾ ਵਿਆਹ ਹੈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸੋ ਮੈਂ ਧੰਨਵਾਦ ਕਰਾਂਗਾ ਗੁਰਦੇਵ ਜੀ ਦਾ ਮਨੀਸ਼ਾ ਮਨੋਜ ਜੀ ਦਾ ਅਤੇ ਕਮਲਪ੍ਰੀਤ ਸਿੰਘ ਜੀ ਹੋਰਾਂ ਦਾ ਸੋ ਇਸ ਤੋਂ ਬਾਅਦ ਅਸੀਂ ਅਗਲੇ ਸੈਸ਼ਨ ਵੱਲ ਵਧਣਾ ਪਰ ਤੁਹਾਡੇ ਲਈ ਉਚੇਚੇ ਤੌਰ 'ਤੇ ਤੋਹਫੇ ਰੱਖੇ ਨੇ ਤੋਹਫੇ ਮੈਂ ਕਹਾਂਗਾ ਕਿ ਉਹ ਵੀ ਦਈਏ ਅਤੇ ਇੱਕ ਵਾਰ ਚਾਰੇ ਸਿਆਣੇ ਅਤੇ ਸੋਹਣੇ ਬੰਦਿਆਂ ਲਈ ਤਾਲੀ ਮਾਰਦੇ Thank you. I would like to share Diljot also hosted one of our Sikhlands festivals in US and we'll soon be doing a film together. Yes. And welcome. Thank you so much. Thank you. So good to see you all. Anisha's film Bully High screened at Sikhlands in California in November and we'll soon bring this film to India as well so that you all can watch the film. Kamalpreet's film Zuban and Roo were screened at Sikhlands in the previous editions and he'll soon be working on the next ones as well. Thank you a lot for sharing your wisdom and experience with us.